ਉਹ ਚੰਨੀ ਪਤੰਦਰਾ ਤਾਇਆ ਰੇੜੀ ਦਾ ਪੰਗਾ ਆ ਤਾਂ ਦਵਾਤਾ ਉਹ ਨਿੱਕੜ ਸੁੱਕੜ ਦਹੀਂ ਭੱਲੇ ਗੋਲ ਗੱਪੇ ਪਤੰਦਰਾ ਬਣਾਊ ਕੌਣ ਇਹ? ਉਹ ਤੂੰ ਕਿਆ ਗੱਲ ਕਰਦਾ ਸੁੱਕੇ ਬਾਈ, ਆਪਾਂ ਸਾਰੀਆਂ ਐਟਮਾਂ ਬਣਾ ਲਈ ਦੀਆਂ ਨੇ। ਉਹ ਪਹਿਲਾਂ 2 ਸਾਲ ਮੈਂ ਕਿਸੇ ਪੈਲਸ 'ਚ ਲਾਏ ਨੇ, ਉੱਥੇ ਸਭ ਐਟਮਾਂ ਬਣਾਉਂਦਾ ਰਿਹਾ ਮੈਂ। ਦਹੀਂ ਭੱਲਾ ਕੀ, ਗੋਲ ਗੱਪਾ ਕੀ, ਟਿੱਕੀ ਕੀ, ਸਭ ਐਟਮਾਂ ਬਣਾ ਲਿਆਂਗੇ ਆਪਾਂ। ਉਹ ਪਤੰਦਰਾ ਮੈਂ ਤਾਂ ਐਤਕੀ ਪੈਸੇ ਵੀ ਬਾਪੂ ਤੋਂ ਲੜ ਕੇ ਗਏ ਸੀ। ਉਹ ਪਿਛਲੀ ਵਾਰੀ ਤੈਨੇ ਸਬਜ਼ੀ ਵਾਲੇ ਕੰਮ 'ਚ ਘਾਟਾ ਪਵਾ ਤਾ, ਪਤੰਦਰਾ ਦੇਖ ਲੈ ਕਿਤੇ ਐਤਕੀ ਵੀ ਘਾਟਾ ਨਾ ਪਵਾ ਦੀ। ਮੈਂ ਕਿਆ ਕਿਆ ਗੱਲ ਕਰਦਾ ਸੁੱਕੇ ਬਾਈ, ਘਾਟਾ ਨਹੀਂ ਐਤਕੀ ਪੈਣ ਦਿੰਦਾ, ਬਸ ਤੈਨੇ ਗਾਹਕਾਂ ਨੂੰ ਖਿੱਚ ਕੇ ਲਿਆਉਣਾ, ਵੱਧ ਤੋਂ ਵੱਧ ਉੱਚੀ ਹੁੱਕਾ ਮਾਰੀ, ਬਾਕੀ ਸਭ ਕੰਮ ਮੇਰਾ, ਦਹੀਂ ਭੱਲੇ ਬਣਾਉਣ ਦਾ, ਟਿੱਕੀ ਬਣਾਉਣ ਦਾ, ਸਭ ਕੁਛ ਬਣਾ ਲੂ ਮੈਂ। ਤੂੰ ਗਾਹਕਾਂ ਨੂੰ ਖਿੱਚ, ਵੱਧ ਤੋਂ ਵੱਧ ਹੁੱਕਾ ਮਾਰ ਕੇ ਆ ਜਾਓ ਬਈ, ਤਾਜ਼ਾ ਬਈ ਆ ਜਾਓ ਬਈ। ਓਏ ਉਹ ਤਾਂ ਠੀਕ ਆ ਪਤੰਦਰਾ, ਇੱਕ ਰੇੜੀ ਤੇ ਨਾਂ ਨੂੰ ਜਿਹਾ ਜਿਹੜਾ ਲਗਾਉਣਾ ਸੀ ਪਤੰਦਰਾ, ਪੰਜਾਬੀ 'ਚ ਲਗਾ ਲੈਂਦਾ ਤੂੰ, ਇਹ ਤੈਨੇ ਹੋਰ ਹੀ ਹਿੰਦੀ ਜੀ ਵਾੜਤੀ। ਓਏ ਇਹ ਗੱਲ ਇੱਦਾਂ ਸੁੱਕੇ ਬਾਈ, ਇਹ ਅਸਲ 'ਚ ਬਿਹਾਰ ਵਾਲੇ ਝਾਰਖੰਡ ਵਾਲੇ ਬੰਦੇ ਚੀਜ਼ਾਂ ਦੇ ਕਾਰੀਗਰ ਹੁੰਦੇ ਆ, ਇਸ ਲਈ ਮੈਨੇ ਇਹਨਾਂ ਦੀ ਭਾਸ਼ਾ 'ਤੇ ਜਾਣੀ ਮਰਾਠੀ 'ਚ ਲਿਖਾਤਾ ਵੀ ਬੰਦੇ ਬਾਹਰ ਲਈ ਲੱਗਦੇ ਆ, ਇਹਦੇ ਨਾਲ ਗਾਹਕ ਆਪਣੇ ਵੱਧ ਆਉਣਗੇ, ਘਬਰਾ ਨਾ ਤੂੰ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ, ਨੈਵਰ ਮਿਸ ਐਨ ਅਪਡੇਟ।